ਡੇਰਾ ਬਿਆਸ ਪ੍ਰਧਾਨ ਮੰਤਰੀ ਜੀ ਲਗਾਤਾਰ ਬਾਬਾ ਜੀ ਨਾਲ ਹਮੇਸ਼ਾ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਬਹੁਤ ਗੱਲਾਂ ਉਹਨਾਂ ਨੂੰ ਪਤਾ ਸੀ ਸੁਣੀਆਂ ਸੀ, ਮੇਰੀ ਆਪ ਦੀ ਗੱਲ ਹੋਈ ਬਾਬਾ ਜੀ ਨਾਲ ਵੀ ਪ੍ਰਧਾਨ ਮੰਤਰੀ ਜੀ ਨਾਲ ਵੀ। ਪ੍ਰਧਾਨ ਮੰਤਰੀ ਜਦੋਂ ਆਏ ਬਾਬਾ ਜੀ ਨੇ ਇਕੱਲੀ ਇਕੱਲੀ ਚੀਜ਼ ਦਿਖਾਈ, ਕਿਉਂਕਿ ਕੋਵਿਡ ਤੋਂ ਬਾਅਦ ਉਹਨਾਂ ਦੇ ਮਨ 'ਚ ਇਹ ਸੀ ਵੀ ਐਡੀ ਵੱਡੀ ਸੇਵਾ ਡੇਰਾ ਜਿਹੜਾ ਹੈ ਉਹ ਜਿਹੜੀ ਕੀਤੀ ਅਤੇ ਡੇਰਾ ਬਿਆਸ ਨੇ ਕਿ ਪ੍ਰਧਾਨ ਮੰਤਰੀ ਜੀ ਰੁਕ ਨਹੀਂ ਸਕੇ ਅਤੇ ਉਹ ਸਿੱਧਾ ਬਾਬਾ ਜੀ ਕੋਲ ਆ ਕੇ ਸਾਰਾ ਇਕੱਲਾ ਇਕੱਲਾ ਡੇਰੇ ਦੀ ਚੀਜ਼ ਬਾਬਾ ਜੀ ਨੇ ਦਿਖਾਈ। ਅਤੇ ਅੱਜ ਉੱਥੇ ਬੜਾ ਇੱਕ ਇੱਕ ਥੋੜ੍ਹਾ ਜਿਹਾ ਇੱਕ ਜਿਹੜੀ ਫੌਜ ਦੇ ਨੇੜੇ ਤੇੜੇ ਉਹ ਡੇਰੇ ਦੀਆਂ ਕਈ ਜਿਹੜੀਆਂ ਬਾਉਂਡਰੀ ਸੀ, ਉਦੋਂ ਬਾਅਦ ਜਦੋਂ ਡੇਰੇ ਦੀ ਸੇਵਾ ਦੇਖੀ ਵੀ ਬਾਬਾ ਜੀ ਦੀਆਂ ਗੱਲਾਂ ਸੁਣੀਆਂ ਪ੍ਰਧਾਨ ਮੰਤਰੀ ਜੀ ਨੇ, ਉਦੋਂ ਹੀ ਆਪਣੇ ਫੌਜ ਦੇ ਅਫਸਰ ਬੁਲਾ ਕੇ ਜਰਨੈਲ ਬੁਲਾ ਕੇ ਵੀ ਜਿਹੜਾ ਵੀ ਕੁਛ ਹੈ ਉਹ ਜੋ ਡੇਰੇ ਦੇ ਬਾਬਾ ਜੀ ਕਹਿੰਦੇ ਆ ਉਸ ਤਰੀਕੇ ਨਾਲ ਚੱਲੋ, ਏਦੋਂ ਵੱਡੀ ਸੇਵਾ ਹੈ ਜਿਹੜੀ ਉਹ ਕੋਈ ਹੋ ਨਹੀਂ ਸਕਦੀ ਜਿਹੜਾ ਡੇਰਾ ਬਿਆਸ ਕਰ ਰਿਹਾ। ਸਭ ਤੋਂ ਪਹਿਲਾਂ ਜ਼ਿਕਰ ਅੱਜ ਦੇਖੋ ਖੁਸ਼ੀ ਦੀ ਗੱਲ, ਇੱਕ ਪ੍ਰਧਾਨ ਮੰਤਰੀ ਪਹਿਲੀ ਗੱਲ ਡੇਰਾ ਬਿਆਸ ਦੀ ਉਹਨਾਂ ਨੇ ਕੀਤੀ। ਅੱਜ ਮੈਂ ਕਹਿੰਦਾ ਇੰਨੀ ਖੁਸ਼ੀ ਹੋਈ ਵੀ ਕਿਸ ਤਰੀਕੇ ਨਾਲ ਉਹ ਸਫਾਈ ਦੀ ਸੇਵਾ ਹੈ, ਉਹ ਲੋਕਾਂ ਦੇ ਅਭਿਆਨ ਬਲੱਡ ਡੋਨੇਸ਼ਨ ਚੱਲਦੇ ਆ, ਲੰਗਰ ਚੱਲਦੇ ਆ, ਇੱਕ ਦੂਜੇ ਦੀ ਇੰਨੀ ਮਦਦ ਕਰਦੇ ਆ ਡੇਰਾ। ਅਤੇ ਅੱਜ ਲੁਧਿਆਣੇ ਦੀ ਜੀ ਮੈਂ ਕਹਿੰਦਾ ਲੱਖਾਂ ਦੀ ਗਿਣਤੀ 'ਚ ਸਾਡੇ ਡੇਰਾ ਬਿਆਸ ਦੇ ਲੋਕ ਬੈਠੇ ਆ, ਅਤੇ ਉਹਨਾਂ ਦੇ ਅੱਜ ਮਨ 'ਚ ਕਿੰਨੀ ਖੁਸ਼ੀ ਹੋਊਗੀ ਵੀ ਪ੍ਰਧਾਨ ਮੰਤਰੀ ਜੀ ਨੇ ਆ ਕੇ ਅੱਜ ਜੇ ਗੱਲ ਕੀਤੀ ਤਾਂ ਉਹ ਡੇਰਾ ਬਿਆਸ ਦੀ ਕੀਤੀ, ਬਾਬਾ ਜੀ ਦੀ ਕੀਤੀ। ਇੰਨੀ ਮਨ 'ਚ ਪ੍ਰਸੰਨਤਾ, ਇੰਨੀ ਖੁਸ਼ੀ ਆ, ਚਾਹ ਏ ਅੱਜ ਅੱਜ ਡੇਰੇ ਉਹ ਤਾਂ ਡੇਰਾ ਬਿਆਸ ਹੈ, ਅੱਜ ਕਿੰਨੇ ਲੋਕ ਹੋਰ ਸੇਵਾ ਦੇ ਵਿੱਚ ਲੀਨ ਹੋਣਗੇ। ਜਦੋਂ ਪ੍ਰਧਾਨ ਮੰਤਰੀ ਜੀ ਨੇ ਜ਼ਿਕਰ ਕੀਤਾ ਹੈ, ਉਹਨਾਂ ਦਾ ਧੰਨਵਾਦ ਕੀਤਾ ਹੈ ਵੀ ਜੋ ਕੁਛ ਕਰ ਰਹੇ ਆ ਮੈਂ ਉਹਨੂੰ ਸਿਜਦਾ ਕਰਦਾ, ਮੈਂ ਸਿਰ ਝੁਕਾਉਣਾ ਉਹਨਾਂ ਮੂਹਰੇ। ਡੇਰਾ ਬਿਆਸ ਪ੍ਰਧਾਨ ਮੰਤਰੀ ਜੀ ਲਗਾਤਾਰ ਬਾਬਾ ਜੀ ਨਾਲ ਹਮੇਸ਼ਾ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਬਹੁਤ ਗੱਲਾਂ ਉਹਨਾਂ ਨੂੰ ਪਤਾ ਸੀ ਸੁਣੀਆਂ ਸੀ, ਮੇਰੀ ਆਪ ਦੀ ਗੱਲ ਹੋਈ ਬਾਬਾ ਜੀ ਨਾਲ ਵੀ ਪ੍ਰਧਾਨ ਮੰਤਰੀ ਜੀ ਨਾਲ ਵੀ। ਪ੍ਰਧਾਨ ਮੰਤਰੀ ਜਦੋਂ ਆਏ ਬਾਬਾ ਜੀ ਨੇ ਇਕੱਲੀ ਇਕੱਲੀ ਚੀਜ਼ ਦਿਖਾਈ, ਕਿਉਂਕਿ ਕੋਵਿਡ ਤੋਂ ਬਾਅਦ ਉਹਨਾਂ ਦੇ ਮਨ 'ਚ ਇਹ ਸੀ ਵੀ ਐਡੀ ਵੱਡੀ ਸੇਵਾ ਡੇਰਾ ਜਿਹੜਾ ਹੈ ਉਹ ਜਿਹੜੀ ਕੀਤੀ ਅਤੇ ਡੇਰਾ ਬਿਆਸ ਨੇ ਕਿ ਪ੍ਰਧਾਨ ਮੰਤਰੀ ਜੀ ਰੁਕ ਨਹੀਂ ਸਕੇ ਅਤੇ ਉਹ ਸਿੱਧਾ ਬਾਬਾ ਜੀ ਕੋਲ ਆ ਕੇ ਸਾਰਾ ਇਕੱਲਾ ਇਕੱਲਾ ਡੇਰੇ ਦੀ ਚੀਜ਼ ਬਾਬਾ ਜੀ ਨੇ ਦਿਖਾਈ। ਅਤੇ ਅੱਜ ਉੱਥੇ ਬੜਾ ਇੱਕ ਇੱਕ ਥੋੜ੍ਹਾ ਜਿਹਾ ਇੱਕ ਜਿਹੜੀ ਫੌਜ ਦੇ ਨੇੜੇ ਤੇੜੇ ਉਹ ਡੇਰੇ ਦੀਆਂ ਕਈ ਜਿਹੜੀਆਂ ਬਾਉਂਡਰੀ ਸੀ, ਉਦੋਂ ਬਾਅਦ ਜਦੋਂ ਡੇਰੇ ਦੀ ਸੇਵਾ ਦੇਖੀ ਵੀ ਬਾਬਾ ਜੀ ਦੀਆਂ ਗੱਲਾਂ ਸੁਣੀਆਂ ਪ੍ਰਧਾਨ ਮੰਤਰੀ ਜੀ ਨੇ, ਉਦੋਂ ਹੀ ਆਪਣੇ ਫੌਜ ਦੇ ਅਫਸਰ ਬੁਲਾ ਕੇ ਜਰਨੈਲ ਬੁਲਾ ਕੇ ਵੀ ਜਿਹੜਾ ਵੀ ਕੁਛ ਹੈ ਉਹ ਜੋ ਡੇਰੇ ਦੇ ਬਾਬਾ ਜੀ ਕਹਿੰਦੇ ਆ ਉਸ ਤਰੀਕੇ ਨਾਲ ਚੱਲੋ, ਏਦੋਂ ਵੱਡੀ ਸੇਵਾ ਹੈ ਜਿਹੜੀ ਉਹ ਕੋਈ ਹੋ ਨਹੀਂ ਸਕਦੀ ਜਿਹੜਾ ਡੇਰਾ ਬਿਆਸ ਕਰ ਰਿਹਾ। ਸਭ ਤੋਂ ਪਹਿਲਾਂ ਜ਼ਿਕਰ ਅੱਜ ਦੇਖੋ ਖੁਸ਼ੀ ਦੀ ਗੱਲ, ਇੱਕ ਪ੍ਰਧਾਨ ਮੰਤਰੀ ਪਹਿਲੀ ਗੱਲ ਡੇਰਾ ਬਿਆਸ ਦੀ ਉਹਨਾਂ ਨੇ ਕੀਤੀ। ਅੱਜ ਮੈਂ ਕਹਿੰਦਾ ਇੰਨੀ ਖੁਸ਼ੀ ਹੋਈ ਵੀ ਕਿਸ ਤਰੀਕੇ ਨਾਲ ਉਹ ਸਫਾਈ ਦੀ ਸੇਵਾ ਹੈ, ਉਹ ਲੋਕਾਂ ਦੇ ਅਭਿਆਨ ਬਲੱਡ ਡੋਨੇਸ਼ਨ ਚੱਲਦੇ ਆ, ਲੰਗਰ ਚੱਲਦੇ ਆ, ਇੱਕ ਦੂਜੇ ਦੀ ਇੰਨੀ ਮਦਦ ਕਰਦੇ ਆ ਡੇਰਾ। ਅਤੇ ਅੱਜ ਲੁਧਿਆਣੇ ਦੀ ਜੀ ਮੈਂ ਕਹਿੰਦਾ ਲੱਖਾਂ ਦੀ ਗਿਣਤੀ 'ਚ ਸਾਡੇ ਡੇਰਾ ਬਿਆਸ ਦੇ ਲੋਕ ਬੈਠੇ ਆ, ਅਤੇ ਉਹਨਾਂ ਦੇ ਅੱਜ ਮਨ 'ਚ ਕਿੰਨੀ ਖੁਸ਼ੀ ਹੋਊਗੀ ਵੀ ਪ੍ਰਧਾਨ ਮੰਤਰੀ ਜੀ ਨੇ ਆ ਕੇ ਅੱਜ ਜੇ ਗੱਲ ਕੀਤੀ ਤਾਂ ਉਹ ਡੇਰਾ ਬਿਆਸ ਦੀ ਕੀਤੀ, ਬਾਬਾ ਜੀ ਦੀ ਕੀਤੀ। ਇੰਨੀ ਮਨ 'ਚ ਪ੍ਰਸੰਨਤਾ, ਇੰਨੀ ਖੁਸ਼ੀ ਆ, ਚਾਹ ਏ ਅੱਜ ਅੱਜ ਡੇਰੇ ਉਹ ਤਾਂ ਡੇਰਾ ਬਿਆਸ ਹੈ, ਅੱਜ ਕਿੰਨੇ ਲੋਕ ਹੋਰ ਸੇਵਾ ਦੇ ਵਿੱਚ ਲੀਨ ਹੋਣਗੇ। ਜਦੋਂ ਪ੍ਰਧਾਨ ਮੰਤਰੀ ਜੀ ਨੇ
ਜ਼ਿਕਰ ਕੀਤਾ ਹੈ, ਉਹਨਾਂ ਦਾ ਧੰਨਵਾਦ ਕੀਤਾ ਹੈ ਵੀ ਜੋ ਕੁਛ ਕਰ ਰਹੇ ਆ, ਮੈਂ ਉਹਨੂੰ ਸਿਜਦਾ ਕਰਦਾ, ਮੈਂ ਸਿਰ ਝੁਕਾਉਣਾ ਉਹਨਾਂ ਮੂਹਰੇ।